ਬਿਸਮਿਲ੍ਲਾਹਿਰਰਹਮਾਨਿਰਰਹੀਮ ਤੁਸੀਂ ਦੇਖ ਰਹੇ ਹੋ YouTube ਚੈਨਲ ਮੰਨਾ ਵਲੋਗ ਤੇ ਮੈਂ ਜੀ ਰਹਿਮਾਨ ਅਲੀ ਭਾਲਪੁਰ ਲਾਰੀ ਅੱਡੇ 'ਚ ਖੜ੍ਹੇ ਹਾਂ ਜਨਾਬ ਵੀਡੀਓ ਬਣਾਉਣ ਲੱਗੇ ਹਾਂ ਵੀਡੀਓ ਪੂਰੀ ਦੇਖਿਆ ਕਰੋ ਜਨਾਬ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡੀ ਮਿਹਰਬਾਨੀ ਅਤੇ ਅੱਜ ਵੀਡੀਓ ਬਣਾਉਂਦੇ ਹਾਂ ਭਾਲਪੁਰ ਲਾਰੀ ਅੱਡੇ 'ਚ ਖੜ੍ਹੇ ਹਾਂ ਦੇਖਦੇ ਹਾਂ ਬੱਸਾਂ ਦੇ ਰੂਟ ਅੱਜ ਕੋਈ ਮੌਸਮ ਵੀ ਅੱਛਾ ਭਾਲਪੁਰ 'ਚ ਬੱਦਲ ਵਗੈਰਾ ਹੋਏ ਆ ਤੁਸੀਂ ਵੀ ਦੁਆ ਕਰੋ ਕਿ ਬਾਰਿਸ਼ ਹੋ ਜਾਏ ਗਰਮੀ ਵੀ ਬਹੁਤ ਸੀ ਪਿਛਲੇ ਦਿਨਾਂ 'ਚ ਗਰਮੀ ਤਾਂ ਅੱਜ ਵੀ ਬਹੁਤ ਆ ਪਰ ਇਹ ਕਿ ਬੱਦਲ ਹੋਏ ਆ ਜ਼ਰਾ ਸੂਰਜ ਮੱਧਮ ਅੱਜ ਸੇਕ ਬਹੁਤ ਜ਼ਿਆਦਾ ਵਾ ਚਲੋ ਦੇਖਦੇ ਹਾਂ ਵੀਡੀਓ ਬਣਾਉਂਦੇ ਹਾਂ ਇਹ ਆ ਜੀ ਵਡੈਚ ਐਕਸਪ੍ਰੈਸ ਭਾਲਪੁਰ ਲਾਰੀ ਅੱਡੇ 'ਚ ਖੜ੍ਹੀ ਆ ਜੀ ਲਾਹੌਰ ਜਾਣ ਵਾਸਤੇ ਇਹਨੇ ਇੱਥੇ ਲਾਹੌਰ ਜਾਣਾ ਜੀ ਭਾਵਲਪੁਰੋਂ ਬਰਾਹ ਰਾਸਤ ਖਾਨੇਵਾਲ ਦੁਨੀਆਪੁਰ ਜਾਣੀ ਆ ਇਹ ਹੈ ਜੀ ਮਿੱਠੂ ਬਰਾਦਰ ਇਹ ਭਾਵਲਪੁਰ ਤੋਂ ਸਾਦਕਾਬਾਦ ਜਾ ਰਹੀ ਹੈ ਲਾਹੌਰੋਂ ਆਈ ਆ ਭਾਵਲਪੁਰ ਖੜ੍ਹੀ ਆ ਸਾਦਕਾਬਾਦ ਜਾਣਾ ਜੀ ਇਹ ਨਾਲ ਮਾਰਕੀਟ ਆ ਦੁਕਾਨਾਂ ਵਗੈਰਾ ਇਹ ਜੀ ਗੁੱਜਰ ਤਿਆਰਾ ਇਹ ਭਾਲਪੁਰ ਲਾਰੀ ਅੱਡੇ 'ਚ ਖੜ੍ਹਾ ਜਨਾਬ ਇਹਨੇ ਜਾਣਾ ਜੀ ਰਾਵਲਪਿੰਡੀ ਇਸਲਾਮਾਬਾਦ ਪੱਕੇ ਟਾਈਮ ਜਨਾਬ ਹੈ ਬਰਾਹ ਰਾਸਤਾ ਲਾਹੌਰ ਜਾਂਦੇ ਆ ਬਾਕੀ ਇੱਕ ਤੁਹਾਡੇ ਨਾਲ ਮੈਂ ਹੋਰ ਗੱਲ ਸ਼ੇਅਰ ਕਰਨੀ ਸੀ ਦੇਖਣ ਵਾਲੇ ਵੀਡੀਓ ਦੇਖਣ ਵਾਲੇ ਲੋਕਾਂ ਨਾਲ ਯਾਰ ਇਹ ਜਿੰਨੀ ਗਰਮੀ ਦਾ ਮੌਸਮ ਆ ਨਾ ਇਹ ਜਿਹੜੇ ਪਰਿੰਦੇ ਲੋਕ ਪਾਲਦੇ ਆ ਨਾ ਸ਼ੌਂਕ ਨਾਲ ਯਾਰ ਇਹਨਾਂ ਨੂੰ ਨਾ ਭੇਜਿਆ ਕਰੋ ਅੱਗੇ ਪਿੱਛੇ ਨਾ ਆਪ ਲੈ ਕੇ ਜਾਇਆ ਕਰੋ ਬਹੁਤ ਬਹੁਤ ਕੀਮਤੀ ਪਰਿੰਦੇ ਜਾਨਵਰ ਯਾਨੀ ਕਿ ਮੁਰਗੇ ਵਗੈਰਾ ਜਾਂ ਕਬੂਤਰ ਵਗੈਰਾ ਜਾਂ ਤਾਂ ਕਿ ਬੱਕਰੀਆਂ ਬੱਕਰੇ ਇਹ ਨਾ ਗਰਮੀ ਬਰਦਾਸ਼ਤ ਨਹੀਂ ਕਰਦੇ ਇੱਕ ਦੋ ਮਹੀਨੇ ਠਹਿਰ ਕੇ ਅਤੇ ਇਹਨਾਂ ਨੂੰ ਨਾਲ ਲੈ ਕੇ ਤੁਰਿਆ ਕਰੋ ਬਹੁਤ ਨੁਕਸਾਨ ਹੋ ਰਿਹਾ ਵੈਸੇ ਇੱਥੇ ਅੱਡੇ 'ਚ ਵੇਖੀਦਾ ਵਾ ਬਹੁਤ ਸਾਰੇ ਜਾਨਵਰਾਂ ਦਾ ਨਾ ਨੁਕਸਾਨ ਹੋ ਰਿਹਾ ਮਰ ਰਹੇ ਆ ਅਤੇ ਕੋਈ ਫਾਇਦਾ ਨਹੀਂ ਇੰਨੀ ਗਰਮੀ ਦੇ ਵਿੱਚ ਤੁਸੀਂ ਮਿਹਰਬਾਨੀ ਕਰਕੇ ਨਾ ਅਗਲੇ ਅੱਛੇ ਮੌਸਮਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਨਿਕਲਿਆ ਕਰੋ ਅਗਰ ਤੁਸੀਂ ਅੱਗੇ ਪਿੱਛੇ ਲੈ ਕੇ ਜਾਣਾ ਹੁੰਦਾ ਇਹਨਾਂ ਨੂੰ ਤਾਂ ਔਰ ਕੀ ਫਾਇਦਾ ਉਹ ਤੁਸੀਂ ਲੈ ਕੇ ਵੀ ਆਏ ਤਾਂ ਪਹੁੰਚੇ ਵੀ ਨਹੀਂ ਨੁਕਸਾਨ ਵੀ ਹੋ ਗਿਆ ਗਰਮੀ ਬਹੁਤ ਜ਼ਿਆਦਾ ਵਾ ਇਹ ਆ ਜੀ ਸਾਡੇ ਕੰਮ ਮੈਂ ਵੀ ਤੁਹਾਡਾ ਭਾਈ ਰਿਕਸ਼ੇ 'ਚ ਲਾਉਂਦਾ ਮੇਰੇ ਭਾਵਲਪੁਰ 'ਚ ਇਹ ਮੇਰੇ ਪੇਟੀ ਭਰਾ ਖੜ੍ਹੇ ਆ ਇੱਥੇ ਇਹ ਫੈਸਲਾਬਾਦ ਡੈਮ ਆ ਜੀ ਨੂ ਨੈਤੁੱਲਾ ਸਿੰਘ ਟਰਾਂਸਪੋਰਟ ਕੰਪਨੀ ਲਾਹੌਰ ਕਰਾਚੀ ਫੈਸਲਾਬਾਦ ਟੋਬਾ ਅਤੇ ਗੋਜਰਾ ਮੌਸਮ ਬੱਦਲ ਹੋਏ ਆ ਜੀ ਭਾਵਲਪੁਰ 'ਚ ਗਰਮੀ ਪਰ ਹੈ ਬੱਦਲ ਹੋਏ ਆ ਇਹ ਕੋਸਟਰ ਐਂਟਰੀ ਕਰ ਰਿਹਾ ਭਾਵਲਪੁਰ ਲਾਰੀ ਜਿਹੜਾ ਜੀ ਇਹਦੇ ਮਗਰ ਹੀ ਮਿੱਠੂ ਲਾਹੌਰੋਂ ਆ ਰਿਹਾ ਸਾਦਕਾਬਾਦ ਜਾਣਾ ਭਾਵਲਪੁਰ 'ਚ ਐਂਟਰੀ ਹੋ ਰਹੀ ਹੈ ਇਹਦੀ ਇਹ ਹੈ ਜੀ ਭਾਵਲਪੁਰ ਅੱਡੇ ਦਾ ਐਂਟਰੀ ਪੁਆਇੰਟ
ਇਹਦੇ ਸਾਹਮਣੇ ਰੋਡ ਕ੍ਰਾਸ ਕਰਕੇ ਨਾ ਇੱਕ ਪੰਪ ਆ, ਪੰਪ ਦੇ ਉੱਤੇ ਜਿਹੜੀਆਂ ਏਸੀ ਗੱਡੀਆਂ ਖੜੀਆਂ ਲਾਲ ਰੰਗ, ਇਹ ਜਾਂਦੀਆਂ ਜੀ ਮੁਲਤਾਨ, ਇੱਥੋਂ ਮੁਲਤਾਨ ਵੱਡੀਆਂ ਗੱਡੀਆਂ ਜਾਂਦੀਆਂ। ਮੰਠਾਰ ਅੱਡੇ 'ਚ ਐਂਟਰ ਹੋ ਰਹੀ ਲਾਰੀ ਅੱਡੇ 'ਚ ਮੰਠਾਰ। ਬਹਾਵਲਪੁਰ ਲਾਰੀ ਅੱਡਾ ਜੀ, ਇਹ ਗੱਡੀਆਂ ਦੀ ਲਾਈਨ ਲੱਗੀ ਸਾਰੀਆਂ ਦੀ। ਇਹ ਪਹਿਲੇ ਖੜੀ ਹੈ ਜੀ ਰਾਵੀ ਲਾਹੌਰ, ਇਹ ਹੈ ਜੀ ਭਗਤ ਕੋਚ ਮੰਡੀ ਬਹਾਉਦੀਨ, ਇਹ ਹੈਗਾ ਜੀ ਕਾਲੂ ਬਰਾਦਰ ਕਿੰਗਰਾ ਮੋੜ ਸਿਆਲਕੋਟ ਡਸਕਾ, ਇਹਦੇ ਨਾਲ ਹੀ ਅਲ ਮਦੀਨਾ ਵਾ ਔਰ ਬਰਾਏ ਰਾਸਤਾ ਹਾਸਲਪੁਰ, ਇਹ ਵੀ ਸਿਆਲਕੋਟ ਹੀ ਜਾਂਦੀ ਹੈ। ਇਹ ਆ ਰਹੀ ਹੈ ਜੀ ਵੜੈਚ, ਇਹ ਜਾ ਰਹੀ ਲਾਹੌਰ ਬਹਾਵਲਪੁਰ ਲਾਰੀ ਅੱਡੇ। ਇਹ ਬਹਾਵਲਪੁਰ ਲਾਰੀ ਅੱਡੇ ਦੇ ਵਿੱਚ ਵੜ ਰਹੀ ਜੀ ਅਲ ਮਦੀਨਾ, ਬਾਕੀ ਦੋ ਦਿਨ ਤਿੰਨ ਦਿਨ ਤੋਂ ਬੜੀ ਗਰਮੀ ਸੀ, ਅੱਜ ਕੋਈ ਮੌਸਮ ਠੰਡਾ ਹੋਇਆ ਬਹਾਵਲਪੁਰ ਦੇ ਵਿੱਚ, ਆਹ ਬਾਰਿਸ਼ ਪੈਣ ਨੂੰ ਅੱਜ 10 ਦਿਨ ਹੋ ਗਏ ਆ, ਪਾਣੀ ਇਹ ਵੀ ਨਹੀਂ ਸੁੱਕਦਾ ਅਤੇ ਨਾ ਇੱਥੇ ਕੋਈ ਕੱਢਦਾ। 10 ਦਿਨ ਹੋ ਗਏ ਪਾਣੀ ਖੜ੍ਹਾ ਅੱਜ, ਸ਼ਾਇਦ ਕੋਈ ਸਾਡੀ ਵੀਡੀਓ ਦੇਖ ਕੇ ਕੱਢ ਲਵੇ। ਉਹ ਨਾਇਤ ਸੈਂਸ ਵਾਲਿਆਂ ਦੀ ਗੱਡੀ ਖੜ੍ਹੀ ਆ, ਇਹ ਮੇਰਾ ਆਜ਼ਾਦ ਕਸ਼ਮੀਰ ਜਾਂਦੀ ਹੈ। ਇਹ ਅੱਡੇ ਦੇ ਸਾਹਮਣੇ ਹੈਗਾ ਜੀ ਮੁਹੰਮਦ ਸਦੀਕ ਖਾਨ ਬੰਨੂ ਬੀਫ ਪਲਾਓ, ਬਹਾਵਲਪੁਰ ਲਾਰੀ ਅੱਡੇ ਤੋਂ। ਭਗਤ ਕੋਚ ਮੰਡੀ ਬਹਾਉਦੀਨ, ਮੰਡੀ ਬਹਾਉਦੀਨ ਹਾਫਜ਼ਾਬਾਦ ਫੈਸਲਾਬਾਦ ਅਬਦੁਲ ਹਕੀਮ ਕੱਚਾ ਖੂਹ ਵਿਹਾੜੀ ਦੁਨੀਆ ਪਰ ਟੋਬਾ ਡਕੂਟਾ, ਅਨਾਇਤ ਸੈਂਸ ਮੀਰਪੁਰ ਆਜ਼ਾਦ ਕਸ਼ਮੀਰ ਗੁਜਰਾਂਵਾਲਾ ਸ਼ੇਖੂਪੁਰ ਗੁਜਰਾਤ ਜੈਹਲਮ ਬਹਾਵਲਪੁਰ ਚੋਂ ਨਿਕਲ ਰਹੀ ਹੈ ਜੀ ਇਸ ਟਾਈਮ। ਇਹ ਹੈ ਜੀ ਚੀਤਾ ਡੈਮ ਨਿਕਲ ਰਿਹਾ ਬਹਾਵਲਪੁਰ ਦੇ ਵਿੱਚੋਂ ਜੀ ਸਿਆਲਕੋਟ ਵਾਸਤੇ, ਸਿਆਲਕੋਟ ਡੈਮ ਜੀ। ਬਹਾਵਲਪੁਰ ਚੋਂ ਗੁਜਰਾਤ ਹਾਫਜ਼ਾਬਾਦ ਗੁਜਰਾਂ ਆ ਉੱਚ ਸ਼ਰੀਫ ਤੋਂ ਆਈ ਆ ਸਿਆਲਕੋਟ ਜਾਣਾ ਇਸ ਟਾਈਮ ਬਹਾਵਲਪੁਰ ਲਾਰੀ ਅੱਡੇ ਦੇ ਵੱਲ। ਠੀਕ ਆ ਜੀ, ਅੱਜ ਦੀ ਵੀਡੀਓ ਦਾ ਕਰਦੇ ਹਾਂ ਅਖਤਾਮ, ਅੱਲਾ ਹਾਫਿਜ਼।